because we don't when we do this devotion, you have to be in a quiet room, in a quiet place, no disturbance. Yes. Something in the hour that no disturbs you, no work and everything. Devotion ka matlab hai ki jadon si ek ehi situation hai, ek ehi time, theek hai, jithe koi shor sharaba na hove, akalle pan de vich sama khuda de layi sirf. So when we say devotion or quiet time, we are setting our minds on things above. ਜਦੋਂ ਅਸੀਂ ਡਿਵੋਸ਼ਨ ਜਾਂ ਕੁਆਇਟ ਟਾਈਮ ਸਮੇਂ ਦੀ ਗੱਲ ਕਰਦੇ ਹਾਂ, ਸ਼ਾਂਤ ਸਮੇਂ ਦੀ, ਠੀਕ ਹੈ, ਅਸੀਂ ਆਪਣਾ ਮਾਇੰਡ ਉਹਨਾਂ ਚੀਜ਼ਾਂ ਦੇ ਲਈ, ਠੀਕ ਹੈ, ਸੈੱਟ ਕਰਦੇ ਹਾਂ ਜੋ ਉੱਪਰ ਹੈਗੀਆਂ ਇਸ ਧਰਤੀ ਤੋਂ. ਸੋ ਦੇਰ ਆਰ ਥਿੰਗਸ, ਦੇਰ ਆਰ ਟੂ ਥਿੰਗਸ ਦੈਟ ਵੀ ਡੂ ਇਨ ਦ ਕੁਆਇਟ ਟਾਈਮ. ਅਤੇ ਸ਼ਾਂਤ ਸਮੇਂ ਦੇ ਵਿੱਚ ਅਸੀਂ ਦੋ ਚੀਜ਼ਾਂ ਕਰਦੇ ਹਾਂ. ਨੰਬਰ ਵਨ ਇਜ਼ ਵੀ ਪ੍ਰੇ. ਪਹਿਲੀ ਚੀਜ਼ ਅਸੀਂ ਪ੍ਰਾਰਥਨਾ ਕਰਦੇ ਹਾਂ. So prayer is the only way that we communicate with God. ਤੇ ਕਿਉਂਕਿ ਪ੍ਰਾਰਥਨਾ ਇੱਕ ਜ਼ਰੀਆ ਜਿਹਦੇ ਰਾਹੀਂ ਅਸੀਂ ਖੁਦਾ ਦੇ ਨਾਲ ਗੱਲ ਕਰ ਸਕਦੇ ਹਾਂ. So it says in 1 John 5:14 ਇਹ ਪਹਿਲਾ ਜਹਾਨਾ 1 John 5:14 1 John 5:14 14 14 1 5 ਦੀ 14 ਦੇ ਵਿੱਚ ਪਹਿਲਾਂ ਜੋ ਹਨਾ 5:14 ਦੇ ਵਿੱਚ. ਸੋ ਦਿਸ ਵੇ ਇਨ ਆਵਰ ਪ੍ਰੇਅਰ, ਦਿਸ ਇਜ਼ ਦ ਕੌਨਫੀਡੈਂਸ ਵੀ ਹੈਵ ਇਨ ਅਪਰੋਚਿੰਗ ਗੱਡ. ਅਤੇ ਇਸੇ ਇੱਕ ਕੌਨਫੀਡੈਂਸ ਦੇ ਨਾਲ ਅਸੀਂ, ਠੀਕ ਹੈ, ਖੁਦਾ ਨੂੰ ਅਪਰੋਚ ਕਰਦੇ, ਖੁਦਾ ਤੱਕ ਪਹੁੰਚ ਕਰਦੇ ਹਾਂ. ਦੈਟ ਇਫ ਵੀ ਆਸਕ ਐਨੀਥਿੰਗ ਅਕੋਰਡਿੰਗ ਟੂ ਹਿਸ ਵਿਲ, ਹੀ ਹੀਅਰ ਅਸ. ਕਿ ਖੁਦਾ ਦੀ ਇੱਛਾ ਦੇ ਅਨੁਸਾਰ ਅਸੀਂ, ਠੀਕ ਹੈ, ਉਹ ਤੋਂ ਕੁਛ ਵੀ ਪੁੱਛਦੇ ਹਾਂ ਜਾਂ ਕੁਛ ਵੀ ਉਹਨੂੰ ਉਹ ਤੋਂ ਆਸਕ ਕੁਛ ਵੀ ਪੁੱਛਦੇ ਹਾਂ, ਉਹ ਸਾਨੂੰ ਜ਼ਰੂਰ ਸੁਣਦਾ ਗਾ. ਓਕੇ, ਸੋ ਟੇਕ ਨੋਟ, ਇਟ ਸੇਜ਼ ਇਨ ਦੇਅਰ ਐਨੀਥਿੰਗ ਟੂ ਹਿਸ ਇਫ ਹੀ ਵਿਲ. ਕੋਈ ਵੀ ਚੀਜ਼ ਜੋ ਉਹਦੀ ਇੱਛਾ ਦੇ ਅਨੁਸਾਰ ਹੋਵੇ. ਸੋ ਈਵਨ ਇਫ ਵੀ ਆਰ ਆਸਕਿੰਗ ਸਮਥਿੰਗ, ਡੋਂਟ ਡਿਸਮੇ ਇਫ ਵੀ ਡਿਡਨਟ ਰਿਸੀਵ ਇਟ, ਬਿਕੋਜ਼ ਇਟ ਮੀਨਸ ਇਟ ਨਾਟ ਹਿਸ ਵਿਲ. ਕਿ ਜਦੋਂ ਅਸੀਂ ਕੋਈ ਵੀ ਚੀਜ਼ ਕਰਦੇ ਹਾਂ, ਠੀਕ ਹੈ, ਜੇ ਉਹ ਸਾਨੂੰ ਨਹੀਂ ਮਿਲਦੀ, ਠੀਕ ਹੈ, ਉਹਨੂੰ ਅਹੋ ਨਾ ਕਰਿਆ ਕਰੋ, ਨਿਰਾਸ਼ ਦੇ ਵਿੱਚ ਨਾ ਜਾਇਆ ਕਰੋ, ਕਿਉਂਕਿ ਅਸੀਂ ਖੁਦਾ ਦੀ ਇੱਛਾ ਨਹੀਂ ਪੂਰੀ ਕਰ ਰਹੇ ਹੈਗੇ. ਸੋ ਆਈ ਬਿਲੀਵ ਐਵਰੀ ਵਨ ਆਫ ਅਸ ਇਜ਼ ਪ੍ਰੇਇੰਗ, ਆਮੇਨ ਆਮੇਨ ਆਮੇਨ. ਐਵਰੀ ਵਨ ਆਫ ਅਸ ਇਜ਼ ਪ੍ਰੇਇੰਗ ਨਾਓ. ਸੋ ਇਨ ਪ੍ਰੇਇੰਗ ਵੀ ਡੋਂਟ ਓਨਲੀ ਪ੍ਰੇ ਟੂ ਆਵਰ ਸੈਲਫ, ਜੇ ਅਸੀਂ ਪ੍ਰਾਰਥਨਾ ਦੇ ਵਿੱਚ ਆਪਦੀ ਜ਼ਿੰਦਗੀ ਲਈ ਪ੍ਰਾਰਥਨਾ ਨਹੀਂ ਕਰਦੇ ਗੇ. We also pray for others, and that what we call intercession. ਤੇ ਅਸੀਂ ਦੂਜੇ ਲੋਕਾਂ ਦੇ ਲਈ ਵੀ ਪ੍ਰਾਰਥਨਾ ਕਰਦੇ ਹਾਂ ਉਸ ਸਮੇਂ ਦੇ ਵਿੱਚ, ਤੇ ਉਹਨੂੰ ਨਾਂ ਦਿੱਤਾ ਜਾਂਦਾ ਇੰਟਰਸੈਸ਼ਨ. ਇੰਟਰਸੈਸ਼ਨ ਮੀਨਸ ਇਨ ਇੰਗਲਿਸ਼ ਇਸ ਸਟੈਂਡਿੰਗ ਇਨ ਦਾ ਗੈਪ. ਸਟੈਂਡਿੰਗ ਇਨ ਦਾ ਗੈਪ, ਇਨ ਦਾ ਗੈਪ, ਇਨ ਬਿਟਵੀਨ. ਹਾਂ, ਇੰਟਰਸੈਸ਼ਨ ਦਾ ਮਤਲਬ ਹੈ ਕਿ ਅਸੀਂ ਉਹ ਜੋ ਖਾਲੀ ਜਗ੍ਹਾ ਗੀ ਗੈਪ ਹੈ, ਠੀਕ ਹੈ, ਉਹਦੇ ਵਿਚਾਲੇ ਅਸੀਂ ਖੜ੍ਹੇ ਹੋਏ ਹਾਂ. ਉਹਦੇ ਵਿਚਾਲੇ ਖੜ੍ਹਨ ਦਾ ਮਤਲਬ ਕੀ ਹੈ ਕਿ ਅਸੀਂ ਖੁਦਾ ਦੇ ਅਤੇ ਉਹ ਲੋਕਾਂ ਦੇ ਵਿਚਾਲੇ ਖੜ੍ਹ ਕੇ ਉਹਨਾਂ ਲਈ ਪ੍ਰਾਰਥਨਾ ਕਰ ਰਹੇ ਹਾਂ. ਸੋ ਇਟ ਮੀਨਸ ਯੂ ਆਰ ਪ੍ਰੇਇੰਗ ਫੋਰ ਟੂ ਫੋਰ ਅਨਦਰ, ਨਾਟ ਓਨਲੀ ਫੋਰ ਯੋਰਸੈਲਫ. ਕਿਉਂਕਿ ਇਹਦਾ ਮਤਲਬ ਹੈ ਕਿ ਤੁਸੀਂ ਆਪਦੇ ਲਈ ਨਹੀਂ, ਤੁਸੀਂ ਦੂਜਿਆਂ ਲਈ ਵੀ ਪ੍ਰਾਰਥਨਾ ਕਰ ਰਹੇ ਹੋ. ਸਿੰਪਲ ਪ੍ਰੇਇੰਗ ਫੋਰ ਯੋਰ ਬ੍ਰੈਦਰਨਸ, ਫੋਰ ਯੋਰ ਚਰਚ, ਫੋਰ ਦ ਨੇਸ਼ਨ. ਤੁਸੀਂ ਚਰਚ ਲਈ, ਦੋਸਤਾਂ ਮਿੱਤਰਾਂ ਲਈ, ਇਸ ਸਾਈਪ੍ਰਸ ਲਈ, ਪੂਰੇ ਲਈ ਪ੍ਰਾਰਥਨਾ ਕਰਦੇ ਹਾਂ. ਐਂਡ ਦੈਟ ਇਜ਼ ਇੰਟਰਸੈਸ਼ਨ. ਇਹਦਾ ਮਤਲਬ ਹੈ ਇੰਟਰਸੈਸ਼ਨ. ਸੋ ਇਨ 1 ਤਿਮੋਥੀ 2:12 ਇੱਕ ਤਿਮੋਥੀ 2:12 ਦੇ ਵਿੱਚ ਇਟ ਸੇਜ਼ ਦੇਅਰ, ਆਈ ਅਰਜ ਦੈਨ ਫਰਸਟ ਆਫ ਆਲ ਦੈਟ ਪੀਟੀਸ਼ਨਸ, ਪ੍ਰੇਅਰਸ, ਇੰਟਰਸੈਸ਼ਨਸ ਐਂਡ ਥੈਂਕਸਗਿਵਿੰਗ be made for all people. 1 Timothy 2:12 Yes. 2:12 ਨੂੰ ਸਿੱਖਿਆ ਦੇਣ ਅਥਵਾ ਪੁਰਖੁੱਤੇ ਹੁਕਮ ਚਲਾਉਣ ਦੀ ਪ੍ਰਵਾਨਗੀ ਨਹੀਂ ਦਿੰਦਾ, ਸਗੋਂ ਚੁੱਪਚਾਪ ਰਹੇ. ਪਹਿਲਾ ਤਿਮੋਥੀ 2:12 ਨਹੀਂ ਨਹੀਂ ਗਲਤ ਪੜ ਰਹੇ. 2:12 1 Timothy 2:12 ਇਦਾਂ ਹੀ ਹੈ. This is the 1 Timothy 2 ਨਹੀਂ, ਹਾਂਜੀ ਇਹੀ ਲਿਖੋ. This is not match. I urge then first of all, I think so many ਸਹੀ ਹੈਗੀ ਪਤਾ ਨਹੀਂ.
No, it's not no. right session. I don't know. Want me this? Hindi iba sa kanta mo siguro. No, it's wrong. It's not 2 Timothy. Maybe 2 Timothy. Yes, 2 Timothy. 2 Timothy. 2 Timothy, 2 Timothy, 2 times. Ah, sorry, can, I don't know. Che sahari. No, no, this one we have to check it. Therefore, I enjoy it. Video record. If you have a card, you will be able to get a card. You will be able to get a card. Amen. What is it? No, 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 no. It's not right. 220? Very well. Okay. ਜਦੋਂ ਤੁਸੀਂ ਕੱਲੇ ਜੇ ਪ੍ਰਾਰਥਨਾ ਕਰਦੇ ਹੋ ਉਹ ਚੀਜ਼ ਲਿਖੀ ਹੋਈ ਹੈ ਉਹ ਇੰਟਰਸੈਸ਼ਨ ਕਹੋਂਦਾਗਾ ਉਹ ਚੀਜ਼ ਹਾਂ ਸੌਰੀ ਇਟਸ 2:1 2:1 ਇਟਸ ਨਾ 2:12 2:1 ਹਾਂ 2:20 ਜਾਂ 1:20 1 Timothy 21 2 1 2 So standing in the gap is not only just we do it with our own. Yes. But it is only the will of God. Because it is written in Ezekiel 22:30. Can you check? Maybe I'm wrong. ਬਾਈ ਦਿੱਤੀ ਮੈਂ ਉਹਨਾਂ ਵਿੱਚ ਪਾਲ ਕੀਤੀ ਕਿਉਂਕਿ ਇਹ ਜਿਹੜਾ ਆਦਮੀ ਲੱਭੇ ਜੋ ਕੰਧ ਬਣਾਵੇ ਇਹ ਤੇ ਇਜ਼ ਇਟ ਸਟੈਂਡਿੰਗ ਇਨ ਦਾ ਗੈਪ ਮੈਂ ਉਹਨਾਂ ਵਿੱਚ ਪਾਲ ਕੀਤੀ ਕਿ ਕੋਈ ਅਜਿਹਾ ਆਦਮੀ ਲੱਭੇ ਜੋ ਕੰਧ ਬਣਾਵੇ ਅਤੇ ਉਸ ਧਰਤੀ ਦੇ ਲਈ ਉਹਦੇ ਚਰਨੇ ਵਿੱਚ ਮੇਰੇ ਮੂਹਰੇ ਖਲੋਵੇ ਤਾਂ ਜੋ ਉਹਨੂੰ ਨਾ ਉਜਾੜਾ ਪਰ ਕੋਈ ਨਾ ਲੱਭਿਆ ਹਾਂ ਇਹਦੀ Okay. ਜਦੋਂ ਅਸੀਂ ਇੰਟਰਸੈਸ਼ਨ ਦੇ ਵਿੱਚ ਹੁੰਨੇ ਆ ਇਹਦਾ ਮਤਲਬ ਇਹ ਹੈ ਕਿ ਖੁਦਾ ਸਾਨੂੰ ਦੇਖ ਰਿਹਾ ਹੈਗਾ ਇਟ ਇਜ਼ ਵੈਰੀ ਇੰਪੋਰਟੈਂਟ ਦੇ ਵਿੱਚ ਪ੍ਰੇ ਵਿਦ ਵਨ ਅਨਦਰ ਐਂਡ ਪ੍ਰੇ ਟੂ ਅਦਰਸ ਪ੍ਰੇ ਫॉर द ਨੇਸ਼ਨਸ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਇੱਕ ਦੂਜੇ ਲਈ ਪ੍ਰਾਰਥਨਾ ਕਰੀਏ ਇਸ ਨੇਸ਼ਨ ਦੇ ਲਈ ਪ੍ਰਾਰਥਨਾ ਕਰੀਏ ਠੀਕ ਹੈ ਆਪਣੇ ਦੋਸਤਾਂ ਮਿੱਤਰਾਂ ਲਈ ਪਰਿਵਾਰਾਂ ਲਈ ਆਪਣੇ ਆਪ ਲਈ ਨਹੀਂ ਬਲਕਿ ਦੂਜੇ ਲਈ ਅਸੀਂ ਪ੍ਰਾਰਥਨਾ ਕਰੀਏ ਕਹਿਣ ਦਾ ਮਤਲਬ ਇਹ ਹੈ ਸੋ ਦੇਰ ਆਰ 8 ਮੇਨ ਰੀਜ਼ਨਸ ਵਾਈ ਡੂ ਵੀ ਨੀਡ ਟੂ ਹੈਵ ਡਿਵੋਸ਼ਨ or quiet time there is a eight reason why we need te othe eight karan hai ki sanu kyon devotion karna chahida okay so first is to draw us closer to god ki sanu khuda de nazdeek le jave draw us closer to god okay to bring us closer to god that you can see it in james Book of James 4. ਤੇ ਤੁਸੀਂ ਦੇਖ ਸਕਦੇ ਹੋ ਜੇਮਸ ਜੇਕਬ ਯਾਕੂਬ 7-8 ਯਾਕੂਬ ਯਾਕੂਬ James 4 7-8 ਪੜੋ So the more we pray very many they read it So the more we pray do you understand that if we pray we feel that we are near God ਤੇ ਜਦੋਂ ਅਸੀਂ ਪ੍ਰਾਰਥਨਾ ਕਰਦੇ ਹਾਂ ਅਸੀਂ ਫੀਲ ਕਰਦੇ ਹਾਂ ਕਿ ਅਸੀਂ ਖੁਦਾ ਦੇ ਨੇੜੇ ਹਾਂ ਨੰਬਰ 2 ਸੈਕੰਡ ਰੀਜ਼ਨ ਇਸ ਚੈਪਟਰ 4 ਵਰਸ 7 ਇਟ ਵਿਲ ਸਟਰੈਂਥਨ ਆਵਰ ਫੇਥ ਇਹ ਸਾਡੇ ਵਿਸ਼ਵਾਸ ਨੂੰ ਹੋਰ ਤਕੜਾ ਕਰਦਾਗਾ ਡਿਵੋਸ਼ਨ ਆਮੇਨ ਸੋ ਇਫ ਵੀ ਹੈਵ ਫੇਥ ਇਟ ਵਿਲ ਮੇਕ ਅਸ ਸਟਰੋਂਗਰ ਬਿਕਾਜ਼ ਵੀ ਆਰ ਪੂਰਿੰਗ ਆਊਟ ਵਾਟ ਐਵਰ ਵੀ ਹੈਵ ਹੇਅਰ ਐਂਡ ਇਨ ਮਾਈਂਡ ਕਿਉਂਕਿ ਇਹ ਚੀਜ਼ ਸਾਡੇ ਵਿਸ਼ਵਾਸ ਨੂੰ ਤਕੜਾ ਕਰਦੀ ਹੈ ਹੋਰ ਕਿਉਂਕਿ ਜੋ ਚੀਜ਼ ਸਾਡੇ ਦਿਲ ਵਿੱਚ ਹੁੰਦੀ ਹੈ ਅਸੀਂ ਉਹਨੂੰ ਪ੍ਰੈਕਟੀਕਲੀ ਉਹਨੂੰ ਬਾਹਰ ਲੈ ਕੇ ਆਉਣੇ ਆ ਉਹ ਰੂਪ ਦੇ ਵਿੱਚ ਹਰ ਇੱਕ ਚੀਜ਼ ਆਪਣੇ ਦਿਲ ਚੋਂ ਬਾਹਰ ਕਰਦੇ ਹਾਂ ਉਹ ਚੀਜ਼ ਨੂੰ ਯੂ ਕੈਨ ਫਾਈਂਡ ਦੈਟ ਇਨ ਕੋਲੋਸ਼ੀਅਨਸ ਬੁੱਕ ਆਫ ਕੋਲੋਸ਼ੀਅਨਸ ਕਲਸੀਆਂ ਚੈਪਟਰ 2 ਵਰਸ 7 2 ਦੀ 7
number 7 do di sath likhi jao and number 3 reason is Colossians 2:7 listen after everybody write okay from one person please okay so number 3 is there will be healing and inner peace inner healing and inner peace te ide rahi ki hai utthe changai te andaruni shanti hai so you can find that in Jeremiah 33:6 te eh cheez tusi lab sakde ho Jeremiah 33:6 Jeremiah okay so in Jeremiah when we pray we also pray there is healing like for example not only healing in physical but also healing our souls te jadon assi prarthna kariye assi healing layi vi prarthna kariye na ke physical healing ki sadi jo sharirik sanu koi bimari hai ta ohdi tandrusti layi nahi sadi aatma di tandrusti layi vi once you are hurt sometimes it's not easy to forget yes but jadon tusi hurt hunne ho theek hai kise dwara sonu dukh ditta janda to aasan nahi hunda onu maaf karna jide dwara sanu dukh ditta gaya so when there are times maybe you have experience when you somebody hurt you you will go and cry to the Lord yes. and later on you see you feel like you have peace in yes. your heart yes 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 te jadon assi khuda de naal time spend karde hain devotion karde hain theek hai us time de utte ki hai tusi ik cheez mehsoos karoge ki je kise ne tanu dukh ditta na tusi oh bande de kol jaan di bajaye tusi khuda agge ja ke romoge theek hai jadon tusi khuda agge romoge na us to baad tusi mehsoos karoge taade andar ik shanti hai amen yes so number 4 is there is refreshment ते चौथा नंबर है कि उत्थे रिफ्रेशमेंट हुंदा गा कि दोबारा तो ताजा ताजा करना किसी चीज़ को यू आर रिचार्ज लाइक अ बैटरी हाँ जिमें ऐसी मोबाइल दी बैटरी चार्ज कर लेने हैं वो दोबारा तो सानू चार्ज कर दियो चीज़ रिफ्रेश कर दी है ओके सो यू कैन रीड इन मत्ती 4:4 ते तुसी पढ़ सकते हो मत्ती 4 दी 4 सो नेक्स्ट नंबर 5 इज़ पांचवा नंबर है It gives us wisdom and knowledge. ਇਹ ਸਾਨੂੰ wisdom ਗਿਆਨ ਤੇ knowledge wisdom ਗਿਆਨ ਹੀ ਹੁੰਦਾ wisdom ਹੁੰਦਾ ਸਮਝ ਤੇ ਗਿਆਨ ਦਿੰਦੀ ਹੈ So there is a moral benefits of wisdom. You can find that in Proverbs 2. ਤੇ ਜੋ ਸਮਝ ਦੇ benefit ਹੈ ਉਹਨੂੰ ਤੁਸੀਂ ਲੱਭ ਸਕਦੇ ਹੋ ਕਹੋ ਤਾਂ ਦੋ ਇੱਕ ਦੀ ਦੋ Proverbs ਕਹੋਤਾਂ ਦੋ ਇੱਕ ਦੋ ਪ੍ਰੋਵਰਬਸ 2:1-2 ਪ੍ਰੋਵਰਬਸ 2:1-2 ਸੋ ਹੈਵਿੰਗ ਵਿਜ਼ਡਮ ਇਸ ਯੂ ਨੋ ਇਟਸ ਨਾਟ ਓਨਲੀ ਬਾਈ ਰੀਡਿੰਗ ਸਮਟਾਈਮਸ ਇਸ ਵੈਨ ਵੀ ਪੀਪਲ ਵਿਲ ਕਰੈਕਟ ਅਸ ਸਮਟਾਈਮਸ ਆਵਰ ਲੀਡਰ ਵਿਲ ਟੈਲ ਅਸ ਇਵਨ ਆਵਰ ਸਿਸਟਰ ਵਿਲ ਟੈਲ ਅਸ ਸਿਸਟਰ ਦੈਟ ਇਸ ਨਾਟ ਨਾਈਸ ਓਕੇ ਇਫ ਯੂ ਆਰ ਨਾਟ ਗੋਇੰਗ ਟੂ ਲਿਸਨ to that sister and you will not change then you will not have that wisdom you don't have knowledge because you don't accept wo samajh kai vari ode dwara aa jandi hai kai vari khuda keh lo ke eh cheez rahi vi samajh nahi aunda jadon assi apne to jo upar sade upar leader hai ge theek hai assi ohna di aagyakari karde hai ik prakar na assi khuda di aagyakari karde hai utthon sanu sikhan nu milda ga oh samajh mildi hai kai vari sanu pata lagda ke eh cheez sahi nahi hai ki eh galat hai also example is with your work and your employer ek hor udharan le sakde hain ki tode kam te tode malik de naal sometimes they hurt you they don't speak good to you kai vari oh ki tanu dukhi kar dende ho tade na sahi bartav nahi karde ge but if you keep doing this devotion or quiet time je tusi ek shanti de vich khuda na sama bitaunde raho yes you would be able to say to yourself never mind you still have that peace yes. inside you ਉਸ ਤੋਂ ਬਾਅਦ ਕੀ ਹੈ ਤੁਸੀਂ ਇੱਕ ਸ਼ਬਦ ਆਪਣੇ ਆਪ ਨੂੰ ਕਹਿਣਾ ਸਿੱਖ ਜਾਓਗੇ ਕਿ ਕੋਈ ਚੱਕਰ ਨਹੀਂ ਬੋਲੀ ਜਾਣ ਦੇ ਪਰ ਜੋ ਤੁਹਾਡੇ ਅੰਦਰ ਦੀ ਸ਼ਾਂਤੀ ਉਹ ਤੁਹਾਡੇ ਅੰਦਰ ਬਣੀ ਰਹੇਗੀ ਉਹ ਤੁਸੀਂ ਉਹਨੂੰ ਖੋਮੋਗੇ ਨਹੀਂ yes and then you say okay next time I will not do it so yes. that opportunity is giving you wisdom
and knowledge how to deal with it again when it happens or when you or you need not to do it. ਤੇ ਇਹ ਚੀਜ਼ ਤੁਹਾਨੂੰ ਕਹਿ ਲਓ ਉਹ ਚੀਜ਼ ਦੀ ਸਮਝ ਅਤੇ ਗਿਆਨ ਦੇਵੇਗੀ ਕਿ ਜਦੋਂ ਤੁਹਾਨੂੰ ਕੋਈ ਪਰੇਸ਼ਾਨ ਜਾਂ ਦੁਖੀ ਕਰਦਾ ਗਾ ਠੀਕ ਹੈ ਉਸ ਨਾਲ ਕਿਸ ਤਰ੍ਹਾਂ ਅਸੀਂ ਡੀਲ ਕਰਨਾ ਗਾ ਉਹਨੂੰ ਕਿਵੇਂ ਅਸੀਂ ਮਾਫ਼ ਕਰਨਾ ਕਹਿਣਾ ਕੋਈ ਗੱਲ ਨਹੀਂ ਛੱਡੋ ਨੈਕਸਟ ਇਸ ਨੰਬਰ ਵੀ ਆਰ ਨਾਓ ਇਨ ਨੰਬਰ 6 ਸੋ ਨੈਕਸਟ ਇਸ ਟੂ ਕਮਿਟ ਸਿਨ ਤੇ ਹੁਣ ਅਸੀਂ ਨੰਬਰ 6 ਤੇ ਟੂ ਅਵੋਇਡ ਕਮਿਟਿੰਗ ਸਿਨ ਤੇ ਕਿ ਜੋ ਪਾਪ ਹੈ ਉਹਨੂੰ ਅਵੋਇਡ ਕਰਨਾ ਉਹ ਤੋਂ ਦੂਰ ਜਾਣਾ ਕਿ ਜੋ ਅਸੀਂ ਲਗਾਤਾਰ ਕਮਿਟ ਕਰਦੇ ਰਹਿੰਦੇ ਹਾਂ ਲਗਾਤਾਰ ਪਾਪ ਕਰਦੇ ਰਹਿੰਦੇ ਉਹ ਚੀਜ਼ ਤੋਂ ਦੂਰ ਹੋਣਾ ਯੂ ਕੈਨ ਫਾਈਂਡ ਦੈਟ ਔਰ ਰੀਡ ਇਨ ਜੇਮਸ 1:14 ਜੇਮਸ 1:4 ਜੇਮਸ 1 ਵਰਸ 14 ਓਕੇ 1 ਵਰਸ 14 1 ਦੀ 14 ਓਕੇ ਬਿਕੋਜ਼ ਯੂ ਨੋ ਵੀ ਆਰ ਹਿਊਮਨ ਤੁਸੀਂ ਜਾਣਦੇ ਹੋ ਕਿ ਅਸੀਂ ਇਨਸਾਨ ਹੈ ਵੀ ਗੈਟ ਈਜ਼ੀਲੀ ਟੈਂਪਟਡ ਅਸੀਂ ਬਹੁਤ ਜਲਦੀ ਨਾਲ ਪ੍ਰਤਿਆਵੇ ਵਿੱਚ ਆ ਜਾਂਦੇ ਹਾਂ ਸਮ ਟਾਈਮਸ ਦੇ ਆਰ ਟਾਈਮਸ ਦੈਟ ਵੀ ਆਰ ਗੈਟ ਟੈਸਟਡ ਤੇ ਕਈ ਵਾਰੀ ਸਮਾਂ ਹੁੰਦਾ ਕਿ ਸਾਡਾ ਟੈਸਟ ਹੋ ਰਿਹਾ ਹੁੰਦਾ ਯੂ ਹੈਵ ਨੋ ਮਨੀ ਜਿਵੇਂ ਟੈਸਟ ਦੇ ਤੌਰ ਤੇ ਲਾ ਲਓ ਕਿ ਤੁਹਾਡੇ ਕੋਲ ਕੋਈ ਪੈਸਾ ਨਹੀਂ ਹੈ ਐਂਡ ਵੈਨ ਯੂ ਕਲੀਨ ਦਾ ਰੂਮ ਆਫ ਯੋਰ ਏਮਪਲੋਇਰ ਤੇ ਕਈ ਵਾਰੀ ਤੁਸੀਂ ਆਪਦੇ ਮਾਲਕ ਦਾ ਕਮਰਾ ਸਾਫ਼ ਕਰ ਰਹੇ ਹੋ ਯੂ ਫਾਈਨ 20 ਯੂਰੋ ਤੁਹਾਨੂੰ 20 ਯੂਰੋ ਲੱਭ ਜਾਣ ਉਥੋਂ ਸੋ ਵਟ ਆਰ ਯੂ ਗੋਇੰਗ ਟੂ ਡੂ ਯੂ ਡੋਨਟ ਹੈਵ ਮਨੀ ਤੁਹਾਡੇ ਕੋਲ ਪੈਸਾ ਨਹੀਂ ਤੁਸੀਂ ਕੀ ਕਰੋਗੇ ਉਸ ਟਾਈਮ ਦ ਸੈਤਨ ਵਿਲ ਟੈਲ ਯੂ ਆ ਯੂ ਹੈਵ ਮਨੀ ਟੇਕ ਇਟ ਹੀ ਸ਼ੀ ਵਿਲ ਨਾਟ ਨੋ ਯੂ ਟੂ ਤੇ ਟੂਕ ਇਟ ਤੇ ਜਿਹੜਾ ਸ਼ੈਤਾਨ ਹੈ ਉਹ ਤੁਹਾਨੂੰ ਕਹੂਗਾ ਲੈ ਲੈ ਇਹਨੂੰ ਕਿਹੜਾ ਪਤਾਗਾ ਉਹਦੇ ਰੂਮ 'ਚ ਤਾਂ ਡਿੱਗੇ ਹੋਏ ਆ ਤੇਰੇ ਕੋਲ ਪੈਸੇ ਹੈ ਨਹੀਂ ਕਿ ਤੂੰ ਰੱਖ ਲਾ ਬਟ ਇਫ ਯੂ ਆਰ ਡੂਇੰਗ ਦਿਸ ਡਿਵੋਸ਼ਨ ਯੂ ਵੁੱਡ ਸੇ ਗੈਟ ਅਵੇ ਫਰਮ ਮੀ ਸੈਤਨ ਯੈਸ ਪਰ ਜੇ ਤੁਸੀਂ ਡਿਵੋਸ਼ਨ ਕਰਦੇ ਹੋਵੋਗੇ ਤਾਂ ਤੁਸੀਂ ਉਸ ਟਾਈਮ ਸ਼ੈਤਾਨ ਨੂੰ ਕਹਿ ਸਕਦੇ ਹੋ ਕਿ ਮੈਥੋਂ ਦੂਰ ਹੋ ਜਾ ਦੋ ਆਈ ਹੈਵ ਮਨੀ ਗੱਡ ਵਿਲ ਪ੍ਰੋਵਾਈਡ ਆਮੇਨ ਯੈਸ ਤੇ ਉੱਥੇ ਤੁਸੀਂ ਕਹਿ ਸਕਦੇ ਹੋ ਕਿ ਮੇਰੇ ਕੋਲ ਚਾਹੇ ਪੈਸਾ ਵੀ ਨਹੀਂ ਪਰ ਮੈਂ ਜਾਣਦਾ ਕਿ ਖੁਦਾ ਮੈਨੂੰ ਪ੍ਰੋਵਾਈਡ ਕਰਾਵੇਗਾ ਉਹ ਮੈਨੂੰ ਦੇਵੇਗਾ ਮੈਨੂੰ ਲੋੜ ਨਹੀਂ ਇਸ ਦੀ ਸੋ ਦੈਟ ਇਜ਼ ਦ ਪਾਰਟ ਆਫ ਨੰਬਰ 7 ਨੰਬਰ 7 ਇਜ਼ ਯੂ ਆਰ ਗੋਇੰਗ ਟੂ ਸਬਮਿਟ ਯੋਰਸੈਲਫ ਦੈਨ ਟੂ ਗੱਡ ਤੇ ਇਹ 7ਵੇਂ ਨੰਬਰ ਦਾ ਹਿੱਸਾ ਹੈਗਾ ਗੋ ਰੈਸਿਸਟ ਦ ਡੈਵਲ ਐਂਡ ਹੀ ਵਿਲ ਫਲੀ ਫਰਮ ਯੂ ਕੰਪਲੀਟ ਆਲ ਅਗੇਨ ਸਬਮਿਟ ਯੋਰਸੈਲਫ ਦੈਨ ਟੂ ਗੱਡ ਰੈਸਿਸਟ ਦ ਡੈਵਲ ਐਂਡ ਹੀ ਵਿਲ ਫਲੀ ਫਰਮ ਯੂ ਓਕੇ ਕਿ ਜਿਹੜੀ ਆਪਣੇ ਆਪ ਦੀ ਜ਼ਿੰਦਗੀ ਆ ਖੁਦਾਵੰਦ ਦੇ ਹਵਾਲੇ ਕਰ ਦਿਓ ਜਿਹੜਾ ਸ਼ੈਤਾਨ ਹੈ ਠੀਕ ਹੈ ਉਹਨੂੰ ਦੁਤਕਾਰ ਦਿਓ ਰਿਜ਼ਿਸਟ ਕਰ ਦਿਓ ਕਿ ਦੂਰ ਹੋ ਜਾ ਮੈਥੋਂ ਠੀਕ ਹੈ ਤੇ ਉਹ ਤੱਥੋਂ ਦੂਰ ਭੱਜੇਗਾ ਸੋ ਯੂ ਕੈਨ ਰੀਡ ਇਨ ਜੇਮਸ 4:7 ਤੇ ਤੁਸੀਂ ਪੜ੍ਹ ਸਕਦੇ ਹੋ ਜਬੂਰ ਜੇਮਸ ਜੇਕਬ ਜਬੂਰ 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 ਜੇਮਸ ਜੇਮਸ 4:7 ਸਾਮ ਜੇਮਸ ਨੋ ਜਾਕੂ ਜੇਮਸ 4:7 ਜੇਮਸ 4:7 ਜੇਮਸ 4 ਦੀ 7 4:7 ਸਬਮਿਟ ਯੋਰਸੈਲਫ ਫੋਰ ਕੋ ਟੂ ਦ ਗੱਡ ਯੈਸ ਯੂ ਸੀ ਵੈਨ ਯੂ ਡੋਨਟ ਕਟ ਇਟ ਬਿਕੋਜ਼ ਯੂ ਨੋ ਮਾਈ ਕੰਪਿਊਟਰ ਇਸ ਰੋਂਗ ਇਹ ਜਿਵੇਂ ਨਕਲ ਮਾਰਦਾ ਹੁੰਦਾ ਬੈਠਾ ਹੋਇਆ ਐਨੀਵੇ ਯੂ ਸੀ ਵੈਨ ਯੂ ਰਿਬਿਊਕ ਦ ਡੈਵਲ ਯੂ ਵਿਲ ਫਲੀ ਫਰਮ ਯੂ ਤੇ ਦੇਖੋਗੇ ਜਦੋਂ ਤੁਸੀਂ ਸ਼ੈਤਾਨ ਦੀ ਨਕਾਰੀ ਕਰੋਗੇ ਠੀਕ ਹੈ ਉਹ ਤੁਹਾਨੂੰ ਆਜ਼ਾਦ ਕਰੇਗਾ ਉਹ ਤੁਹਾਨੂੰ ਦੂਰ ਜਾਵੇਗਾ ਯੂ ਵਿਲ ਗਿਵ ਯੂ ਵਿਲ ਟੈਲ ਯੂ ਆਈ ਵਿਲ ਓਕੇ ਦੈਟਸ ਯੋਰ ਪ੍ਰੋਬਲਮ ਸੀ ਤੇ ਸ਼ੈਤਾਨ ਦਾ ਤੂੰ ਦੂਰ ਹੋ ਜਾਏਗਾ ਕਿ ਹਾਂ ਠੀਕ ਹੈ ਮੈਂ ਚੱਲਿਆ ਕੋਈ ਲੈਣਾ ਦੇਣਾ ਨਹੀਂ ਸਾਡੇ ਨਾਲ ਉਸ ਦਾ ਕਿਉਂਕਿ ਜਦੋਂ ਅਸੀਂ ਖੁਦਾ ਦੇ ਨਾਲ ਕਮਿਟ ਕਰਾਂਗੇ ਇਫ ਯੂ ਆਰ ਡੂਇੰਗ ਡਿਵੋਸ਼ਨ ਯੂ ਵਿਲ ਟੈਲ ਆਈ ਡੋਨਟ ਹੈਵ ਟੂ ਵਰੀ ਐਨੀਥਿੰਗ ਤੇ ਜੇ ਤੁਸੀਂ ਡਿਵੋਸ਼ਨ ਕਰਦੇ ਹੋ ਤਾਂ ਤੁਸੀਂ ਕਹਿ ਸਕਦੇ ਹੋ ਕਿ ਸਾਨੂੰ ਕਿਸੇ ਚੀਜ਼ ਤੋਂ ਡਰ ਦੀ ਲੋੜ ਨਹੀਂ ਕਿਉਂਕਿ ਖੁਦਾ ਸਾਡੇ ਨਾਲ ਹੈ ਨੰਬਰ 7 ਨੰਬਰ 7 8 8 ਨੰਬਰ 8 ਨੰਬਰ 8 ਇਸ ਅਵੋਇਡ ਟੂ ਸਿਨ ਕਿ ਅਵੋਇਡ ਟੂ ਸਿਨ ਅਵੋਇਡ ਨੋ ਨੋ ਸੌਰੀ ਅਵੋਇਡ ਅਸ ਟੂ ਬੀ ਡਿਸੀਵਡ ਯੂ ਆਰ ਨਾਟ ਡਿਸੀਵਡ ਡਿਸੀਵ ਮੀਨ ਡਿਸੀਵ ਯੂ ਸਮਥਿੰਗ ਲਾਈਕ you will not get easily whatever the people will tell you you are not going to say yes okay it's you not easy to deceive I understand deceive means ke assi kise di haan de vich haan nahi bharange chedi na sanu koi kuch marzi kahi jave theek hai assi utte easily vishwas nahi karange jinna jar assi apne khuda to
ਜਾਂ ਖੁਦਾ ਦੇ ਵਚਨ ਰਾਹੀਂ ਉਹਨੂੰ ਟੈਸਟੀਫਾਈ ਨਹੀਂ ਕਰਦੇ ਗੇ ਸੋ ਯੂ ਕੈਨ ਆਲਸੋ ਰੀਡ ਇਨ 2 ਤਿਮੋਥੀ 2 Timothy 3:12-15 So you see, it talks about this, you know, in everywhere there are believers that speak about the word of God without confirmation. Sorry? There are a lot of believers who speak about the word of God without confirmation. ਇੱਥੇ ਬਹੁਤ ਸਾਰੇ ਵਿਸ਼ਵਾਸੀ ਹੈ ਤੁਸੀਂ ਦੇਖ ਸਕਦੇ ਹੋ ਆਪਣੀਆਂ ਅੱਖਾਂ ਨਾਲ ਠੀਕ ਹੈ ਬਹੁਤ ਸਾਰੇ ਵਿਸ਼ਵਾਸੀ ਹੈ ਕਿ ਜਿਹੜੇ ਬਿਨਾਂ ਖੁਦਾ ਦੇ ਕਨਫਰਮੇਸ਼ਨ ਤੋਂ ਕਨਫਰਮੇਸ਼ਨ ਹੁੰਦਾ ਬਿਨਾਂ ਖੁਦਾ ਦੀ ਮਨਜ਼ੂਰੀ ਤੋਂ ਬਹੁਤ ਸਾਰੀਆਂ ਚੀਜ਼ਾਂ ਤੁਹਾਨੂੰ ਆ ਕੇ ਕਹਿ ਦੇਣਗੇ ਠੀਕ ਹੈ ਕੁਛ ਵੀ ਬੋਲ ਸਕਦੇ ਹੋ ਤੁਹਾਨੂੰ ਪਰ ਤੁਹਾਨੂੰ ਖੁਦਾ ਦੀ ਕਨਫਰਮੇਸ਼ਨ ਜ਼ਰੂਰੀ ਹੈ ਕਿ ਖੁਦਾ ਤੋਂ ਹੈ ਕਿ ਸ਼ੈਤਾਨ ਤੋਂ ਹੈ ਤੁਸੀਂ ਖੁਦਾ ਦੇ ਵਚਨ ਦੁਆਰਾ ਪੁੱਛਣਾ ਈਵਨ ਕਿ ਤੁਹਾਨੂੰ ਖੁਦਾ ਦਾ ਬੰਦਾ ਵੀ ਚਾਹੇ ਕੁਛ ਮਰਜ਼ੀ ਕਹਿ ਰਿਹਾ ਹੈਗਾ ਵਾਈ ਬਿਕੋਜ਼ ਨਾ ਦੀਸ ਲਾਸਟ ਡੇਸ ਦਿਸ ਇਜ਼ ਦ ਸਟਾਰਟ ਆਫ ਦ ਰਾਈਸ ਆਫ ਫਾਲਸ ਪ੍ਰੋਫੈਟ ਔਰ ਫਾਲਸ ਟੀਚਰਸ ਕਿਉਂਕਿ ਸਮਾਂ ਅੰਤ ਨਹੀਂ ਹੈ ਸ਼ੁਰੂਆਤ ਹੈ ਕਿ ਉਹਨਾਂ ਨੂੰ ਉਠਾਏ ਜਾਣ ਦਾ ਕਿ ਜਿਹੜੇ ਗਲਤ ਟੀਚਰ ਹੈ ਜਾਂ ਗਲਤ ਭਵਿੱਖਬਾਣੀਆਂ ਕਰ ਰਹੇ ਹੈ There is even a pastor here in Cyprus. He said that only the woman, the bride, will be saved. ਇੱਥੇ ਇੱਕ ਸਾਈਪਰਸ ਦੇ ਵਿੱਚ ਪਾਸਟਰ ਹੈਗਾ ਜਿਹੜਾ ਕਹਿੰਦਾ ਸੀਗਾ ਕਿ ਸਿਰਫ ਇਕੱਲੀਆਂ ਔਰਤਾਂ ਜੋ ਘਰ ਵਾਲੀਆਂ ਉਹ ਬਚਾਈਆਂ ਜਾਣਗੀਆਂ ਸੋ ਸੋਰੀ ਦ ਮੈਨ ਦੇ ਵਿਲ ਨਾਟ ਬੀ ਸੇਵ ਅਕੋਰਡਿੰਗ ਟੂ ਹਿਮ ਸੋ ਸੋਰੀ ਤੇ ਉਹਦੇ ਅਨੁਸਾਰ ਹੈ ਜਿਹੜਾ ਆਦਮੀ ਹੈ ਉਹ ਖੁਦਾ ਦੁਆਰਾ ਨਹੀਂ ਬਚਾਇਆ ਜਾਵੇਗਾ ਪਰ ਇਹ ਸਹੀ ਨਹੀਂ ਹੈ ਯੈਸ ਸੀ ਦੇਰ ਵਾਸ ਇਵਨ ਹੂ ਇਜ਼ ਸੇਇੰਗ ਦੇਰ ਵਾਸ ਅ ਬਿਲੀਫ ਦੈਟ Another church is teaching that when Jesus comes on earth, he will become a Chinese woman. ਇੱਥੇ ਕਈ ਇੱਕ ਕਈ ਚਰਚਾ ਹੋਰ ਵੀ ਹੈ ਦੁਨੀਆ ਦੇ ਵਿੱਚ ਕਿ ਜਿਹੜੀਆਂ ਟੀਚ ਕਰ ਰਹੀਆਂ ਲੋਕਾਂ ਨੇ ਕਿ ਜਦੋਂ ਖੁਦਾ ਬੰਦਾ ਆਵੇਗਾ ਉਹ ਇੱਕ ਚਾਈਨੀਜ਼ ਔਰਤ ਦੇ ਰੂਪ ਦੇ ਵਿੱਚ ਧਰਤੀ ਦੇ ਆਵੇਗਾ ਤੁਹਾਨੂੰ ਕੋਈ ਗਲਤ ਜਾਣਕਾਰੀ ਦੇ ਰਿਹਾ ਗਲਤ ਸਿਖਾ ਰਿਹਾ There are even churches nowadays, too many churches, they change into belief. Like they say, like the prosperity teaching. They're going to tell you, sister, you give all the money that you have, bring out your money from the bank, and if you're going to give to the church or plant the seeds in the church, you will prosper, you will get rich more. ਸੰਸਾਰ ਦੇ ਵਿੱਚ ਕੁਛ ਐਸੀਆਂ ਚਰਚਾਂ ਵੀ ਚੱਲ ਰਹੀਆਂ ਜਿਹੜੀਆਂ ਕਹਿੰਦੀਆਂ ਕਿ ਆਪਣਾ ਸਾਰਾ ਪੈਸਾ ਠੀਕ ਹੈ ਤੁਸੀਂ ਚਰਚ ਨੂੰ ਦੇ ਦੇਵੋ ਅਤੇ ਖੁਦਾ ਤੁਹਾਨੂੰ ਖੁਸ਼ਹਾਲੀ ਦੇਵੇਗਾ ਤੁਹਾਨੂੰ ਹੋਰ ਦੇਵੇਗਾ ਆਪਣਾ ਸਾਰਾ ਧਨ ਦੌਲਤ ਇੰਗਲੈਂਡ ਦੇ ਵਿੱਚ ਹੋ ਰਿਹਾ ਇਹ ਰਿਐਲਿਟੀ ਹੈ ਇੰਗਲੈਂਡ ਦੇ ਵਿੱਚ ਠੀਕ ਹੈ ਓਲਡ ਲੋਕ ਆਪਣਾ ਪ੍ਰੋਪਰਟੀ ਆਪਣਾ ਸਾਰਾ ਪੈਸਾ ਠੀਕ ਹੈ ਜੋ ਚਰਚਾਂ ਔਰਥੋਡੋਕਸ ਚਰਚਾਂ ਹੋਈਆਂ ਜਾਂ ਦੂਜੀਆਂ ਉਹਨਾਂ ਦੇ ਨਾਮ 'ਤੇ ਲਿਖ ਰਹੇ ਹੈਗੇ ਸਾਰਾ So we really have ਉਹਨਾਂ ਦਾ ਵਿਸ਼ਵਾਸ ਹੈ ਕਿ ਸਾਨੂੰ ਖੁਸ਼ਹਾਲੀ ਮਿਲੇਗੀ We have really to be careful that's why we ਸਾਨੂੰ ਬਹੁਤ ਕੇਅਰਫੁਲ ਹੋਣ ਦੀ ਜ਼ਰੂਰਤ We need to read the word of God Yes so that ਸਾਨੂੰ ਖੁਦਾ ਦਾ ਵਚਨ ਪੜਨ ਦੀ ਲੋੜ ਹੈ ਕਿ ਉਸ ਤੋਂ ਪਹਿਲਾਂ ਕਿ ਸਾਨੂੰ ਕੋਈ ਕੁਝ ਕਵੇ ਕਿ ਠੀਕ ਹੈ ਇਹ ਸਾਨੂੰ ਜਾਂ ਕੋਈ ਬੰਦਾ ਆ ਕੇ ਕਵੇ ਕਿ ਤੁਹਾਡੇ ਨਾਲ ਆਹ ਚੀਜ਼ ਹੋਣ ਵਾਲੀ ਹੈ ਜਾਂ ਤੁਹਾਨੂੰ ਆਹ ਚੀਜ਼ ਮਿਲਣ ਵਾਲੀ ਹੈ ਸਾਨੂੰ ਜ਼ਰੂਰਤ ਹੈ ਕਿ ਅਸੀਂ ਖੁਦਾ ਦੇ ਵਚਨ ਦੁਆਰਾ ਉਹ ਚੀਜ਼ ਨੂੰ ਚੈੱਕ ਕਰੀਏ ਕਿ ਇਹ ਸਹੀ ਹੈ ਸਾਡੇ ਲਈ ਕਿ ਸ਼ੈਤਾਨ ਤੋਂ ਹੈ ਕਿਉਂਕਿ ਸਾਡੀ ਆਈ ਵਾਂਟ ਟੂ ਐਡ ਵਨ ਥਿੰਗ ਬਿਕੋਜ਼ ਆਈ ਵਾਂਟ ਟੂ ਸੇ ਟੂ ਦੈਮ ਜਸਟ ਵੀ ਹੈਵ ਟੂ ਚੈੱਕ ਬਾਏ ਦ ਵਰਡ ਆਫ ਦ ਗੋਡ ਬਿਕੋਜ਼ ਸਮ ਟਾਈਮ ਦ ਸੈਟਨ ਨੋ ਅਵਰ ਡਿਜ਼ਾਇਰਸ ਆਲਸੋ ਵਟ ਵੀ ਆਰ ਆਸਕਿੰਗ ਟੂ ਦ ਲੋਰਡ ਇਫ ਗੋਡ ਇਜ਼ ਡਿਲੇ ਹੀ ਇਜ਼ ਡਿਲੇ ਬਟ ਹੀ ਇਜ਼ ਨੋਟ ਡਿਨਾਈਡ ਬਟ ਇਨ ਦੈਟ ਟਾਈਮ ਸਮ ਟਾਈਮ ਸੈਟਨ ਕਮ ਟੂ ਅਸ and he tell to us something and we are believing like it's from the lord we not check by the word of god sure.
Yes. It's because we don't know the word of God. So very important. So this is why we're going. ਕਿਉਂਕਿ ਕਈ ਵਾਰ ਕੀ ਹੁੰਦਾ ਹੈਗਾ ਕਿ ਇੱਕ ਛੋਟੇ ਸਮੇਂ ਦੇ ਇੱਕ ਗੈਪ ਦੇ ਵਿੱਚ ਸ਼ੈਤਾਨ ਸਾਡੇ ਕੋਲ ਆਂਦਾ ਸਾਡੇ ਕੰਨ ਵਿੱਚ ਕਹਿ ਕੇ ਚਲਾ ਜਾਂਦਾ ਠੀਕ ਹੈ ਕੋਈ ਵੀ ਸ਼ਬਦ ਠੀਕ ਹੈ ਜੋ ਚੀਜ਼ ਦੀ ਸਾਨੂੰ ਜ਼ਰੂਰਤ ਹੁੰਦੀ ਹੈ ਅਸੀਂ ਸੋਚਦੇ ਹਾਂ ਕਿ ਖੁਦਾ ਨੇ ਸਾਡੀ ਉਹ ਚੀਜ਼ ਦੀ ਮਨਜ਼ੂਰੀ ਦਿੱਤੀ ਸਾਨੂੰ ਪ੍ਰਵਾਨਗੀ ਦਿੱਤੀ ਹੈ ਪਰ ਸਾਨੂੰ ਖੁਦਾ ਦੇ ਵਚਨ ਦੁਆਰਾ ਉਸ ਚੀਜ਼ ਨੂੰ ਚੈੱਕ ਕਰਨਾ ਚਾਹੀਦਾ It is even you know when you are doing devotion and when you encounter like for example demon possessed have you experienced or have you seen this demon possessed someone the demon has come inside the body and then shouting or laughing yeah. Have you seen this one yeah when you are doing this devotion and suddenly you have to you're going to encounter this kind of situation you would be able to know because the only thing that the devil trembles is the name of Jesus and if you know how to utter the words in the Bible then he will flee from you you remember when Jesus in the mount yeah. when he yeah. was tempted by the devil during yeah. his fasting yes. the devil tells him and what the Jesus said he just used the word of God yes and the devil flee from him yeah. okay kai baar ki hunda ke assi dekhde haan ki kise de vich koi shaitani aatma theek hai kuch galat ho reha oh chila reha church de vich ਠੀਕ ਹੈ ਜੇ ਅਸੀਂ ਡਿਵੋਸ਼ਨ ਦੇ ਵਿੱਚ ਹੋਵਾਂਗੇ ਤਾਂ ਅਸੀਂ ਉਹ ਚੀਜ਼ ਦੇ ਨਾਲ ਇਨਕਾਊਂਟਰ ਕਰ ਸਕਦੇ ਹਾਂ ਉਹ ਚੀਜ਼ ਦੇ ਨਾਲ ਮੁਲਾਕਾਤ ਕਰ ਸਕਦੇ ਹਾਂ ਕਿ ਕੀ ਚੀਜ਼ ਹੈ ਇਹ ਅਤੇ ਉਸ ਤੋਂ ਬਾਅਦ ਖੁਦਾ ਦੇ ਬਚਨ ਦੇ ਦੁਆਰਾ ਅਸੀਂ ਕਾਬਲ ਹੋਵਾਂਗੇ ਕਿ ਉਹ ਚੀਜ਼ ਨੂੰ ਅਸੀਂ ਉਸ ਤੋਂ ਦੂਰ ਕਰ ਸਕੀਏ ਉੱਥੋਂ ਭਜਾ ਸਕੀਏ ਸੋ ਦ ਸੈਕੰਡ ਦੈਟ ਵੀ ਆਰ ਗੋਇੰਗ ਟੂ ਡੂ ਇਨ ਆਵਰ ਡਿਵੋਸ਼ਨ ਇਸ ਜਰਨਲਿੰਗ ਯੂ ਨੋ ਹੈਵ ਯੂ ਹਰਡ ਅਬਾਊਟ ਜਰਨਲ No, sister. The first time. We have only few copies. I didn't know that many of you will. It's okay, English, it's okay. But can you can make a copy later. Okay. Yeah. Yes. You can share. Okay. Journal. This is the copy of a sample of journal. Okay. So what are you going to do is get a notebook. Okay. Get your notebook. Have one notebook here, and then you know. You write the date here. You write here the date, the day, the book, the chapter, and the verse. Okay? So you're going to do, because you're going to do that every day. So after you pray, you do the journaling. Okay? You do the journaling. And then you are going to read one chapter a day. Okay? You are going to read one chapter a day. Okay. So, in this is a guide. Okay. I prefer to use the Psalm because there are a lot of good and, you know, blessed. I don't know. I when I read the Psalms, it has a lot of, you know, encouragement words. Yes. In the book of Psalms. So, it's up to you which book you prefer to start. If you prefer to start in Genesis, you can start, okay? So you're going to write there Genesis, chapter 1, and then verse 1, 2, until what verse, okay? What is the important? Because you have to, because you know what? Our memory, yes. For, like for example, what you have heard for me today, the general memory holds and remember the things that I have told you in 8 hours. That is the minimum. After 8 hours, you will forget everything what you have heard. Because ये तो मतलब है जो sister one minute I explain this. जो आज ही दस रहे हैं general. ठीक है ये तो मतलब है कि इसी पे copy लेनी है. ठीक है. उधर भी चुकी है पहला तो दिन लिखना, date लिखनी है. आज जो तरीक की है आज तो दिन की है हर रोज. ठीक है उधर तो उधर भी book लिखनी है. कैसे आज केडी किताब bible में भी चो पढ़ी है एक. ठीक है कोई भी किताब choose कर लो. ठीक है ਪੁਰਾਣੇ ਟੈਸਟਾਮੈਂਟ 'ਚੋਂ ਨਵੇਂ ਟੈਸਟਾਮੈਂਟ 'ਚੋਂ ਇੱਕ ਕਿਤਾਬ ਚੂਜ਼ ਕਰ ਲਓ ਠੀਕ ਹੈ ਉਦੋਂ ਬਾਅਦ ਉਹਦਾ ਚੈਪਟਰ ਇੱਕ ਚੈਪਟਰ ਪੜ੍ਹਿਆ ਦੋ ਪੜ੍ਹਿਆ ਤਿੰਨ ਪੜ੍ਹਿਆ ਇੱਕ ਸਿਰਫ ਇੱਕ ਚੈਪਟਰ ਪੜ੍ਹੋ ਤੁਸੀਂ ਉਦੋਂ ਬਾਅਦ ਦੇਖੋ ਵੀ ਕਿੰਨੇ ਤੋਂ ਕਿੰਨੇ ਵਰਸ ਪੜ੍ਹੇ ਅਸੀਂ ਇੱਕ ਤੋਂ 30 ਪੜ੍ਹੇ ਇੱਕ ਤੋਂ 15 ਪੜ੍ਹੇ ਇੱਕ ਤੋਂ 20 ਪੜ੍ਹੇ ਆ ਉਹ ਲਿਖ ਲਓ ਠੀਕ ਹੈ ਇਹਦੇ ਨਾਲ ਕੀ ਹੁੰਦਾ ਕਿਉਂਕਿ ਜਿਹੜਾ ਸਾਡਾ ਦਿਮਾਗ ਹੁੰਦਾ ਗਾ ਜਦੋਂ ਅਸੀਂ ਕੁਝ ਪੜ੍ਹਦੇ ਹਾਂ ਉਹ ਜ਼ਿਆਦਾ ਤੋਂ ਜ਼ਿਆਦਾ 8 ਘੰਟੇ ਤੱਕ ਉਹਨੂੰ ਸਾਂਭ ਕੇ ਰੱਖਦਾ ਉਦੋਂ ਬਾਅਦ ਉਹ ਟ੍ਰਾਂਸਫਰ ਹੋ ਜਾਂਦਾ ਦੂਜੇ ਪਾਸੇ ਟ੍ਰਾਂਸਫਰ ਹੋਣ ਦਾ ਮਤਲਬ ਕੀ ਹੈ ਜਦੋਂ ਤੁਸੀਂ ਪੜ੍ਹੋਗੇ
ਤੁਹਾਨੂੰ ਫਿਰ ਯਾਦ ਆ ਜਾਏਗਾ ਯਾਰ ਹਾਂ ਮੈਂ ਪੜ੍ਹਿਆ ਸੀਗਾ ਪਰ ਜਦੋਂ ਤੁਹਾਨੂੰ ਲੋੜ ਹੋਵੇਗੀ ਉਹ ਦੂਸਰੀ ਸਾਈਡ ਚਲੇ ਜਾਂਦਾ ਉਦੋਂ ਨਹੀਂ ਤੁਹਾਡੇ ਯਾਦ ਆਵੇਗਾ ਕਿਉਂਕਿ ਦੋ ਮਾਇੰਡ ਹੁੰਦੇ ਆਪਣੇ ਇੱਕ 'ਚ ਜਿਹੜੀ ਡਾਟਾ ਸਟੋਰ ਹੁੰਦਾ ਜਿਹੜਾ ਸਾਡੇ ਹਰ ਵਕਤ ਯਾਦ ਹੈ ਇੱਕ 'ਚ ਡਾਟਾ ਚਲਾ ਜਾਂਦਾ ਜਿਹੜਾ ਅਸੀਂ ਭੁੱਲ ਜਾਂਦੇ ਹਾਂ ਦਿਮਾਗ ਦੇ ਵਿੱਚ ਜੋ ਵੀ ਚੀਜ਼ ਅਸੀਂ ਆਪਣੇ ਅੱਖੀ ਦੇਖੀਏ ਕਦੇ ਜ਼ਿੰਦਗੀ 'ਚ ਭੁੱਲਾਂਗੇ ਨਹੀਂ ਉਹ ਸਿਰਫ ਦੂਜੇ ਪਾਸੇ ਟ੍ਰਾਂਸਫਰ ਹੋ ਜਾਂਦੀ ਹੈ ਸੋ ਇਨ ਦੈਟ ਯੂ ਆਰ ਗੋਇੰਗ ਟੂ ਲੁੱਕ ਦੈਟ ਆਰ ਸੇ ਹੇਅਰ ਇਟ ਸੇਜ਼ ਦ ਮੈਸੇਜ ਉਦੋਂ ਬਾਅਦ ਤੁਸੀਂ ਦੇਖੋਗੇ ਇੱਥੇ ਮੈਸੇਜ ਲਿਖਿਆ ਹੋਇਆ ਹੈਗਾ ਕਮਾਂਡ ਉਦੋਂ ਬਾਅਦ ਕਮਾਂਡ ਆਦੇਸ਼ ਕੀ ਹੈ ਵਾਰਨਿੰਗ ਠੀਕ ਹੈ ਉਦੋਂ ਬਾਅਦ ਵਾਰਨਿੰਗ ਵਾਰਨਿੰਗ ਕੀ ਹੈ ਪ੍ਰੋਮਿਸਸ ਉਦੋਂ ਬਾਅਦ ਸਾਡੇ ਨਾਲ ਵਾਅਦਾ ਕੀ ਹੈ ਖੁਦਾ ਦਾ ਐਪਲੀਕੇਸ਼ਨਸ ਫਿਰ ਐਪਲੀਕੇਸ਼ਨ ਕੀ ਹੈ ਐਂਡ ਮੈਮੋਰੀ ਵਰਸ ਤੇ ਮੈਮੋਰੀ ਵਰਸ ਓਕੇ ਯਾਦ ਰੱਖਣ ਯੋਗ ਵਰਸ ਕਿਹੜਾ ਨਾਓ why is this very essential in journaling okay let me tell you first that journaling when you are doing this journal you are more than like studying theology ਤੇ ਜਦੋਂ ਤੁਸੀਂ ਜਰਨਲਿੰਗ ਕਰੋਗੇ ਤੁਸੀਂ ਉਸ ਤੋਂ ਜ਼ਿਆਦਾ ਕਰ ਰਹੇ ਹੋਵੋਗੇ ਜਿਵੇਂ ਕਿ ਥਿਓਲੋਜੀ ਦਾ ਸਟੂਡੈਂਟ ਪੜ੍ਹਾਈ ਕਰਦਾ ਗਾ ਉਹਦੀ ਥਿਓਲੋਜੀ ਦੀ ਡਿਗਰੀ ਲੈਂਦਾ ਗਾ ਉਸ ਤੋਂ ਜ਼ਿਆਦਾ ਹੋ ਜੂਗਾ ਤੁਹਾਡਾ ਕਿਉਂਕਿ ਥਿਓਲੋਜੀ ਮੇ ਬੀ ਕਿਸੇ ਨੂੰ ਨਾ ਪਤਾ ਹੋਵੇ ਠੀਕ ਹੈ ਥਿਓਲੋਜੀ ਪੜ੍ਹਾਈ ਹੈ ਜੋ ਬਾਈਬਲ ਦੇ ਰਿਲੇਟਡ ਕਰਵਾਈ ਜਾਂਦੀ ਹੈ ਠੀਕ ਹੈ ਉਹਦੇ ਬਾਰੇ ਉਹਦੇ ਵਿੱਚ ਖੁਦਾਵੰਦ ਬਾਰੇ ਸਿਖਾਇਆ ਜਾਂਦਾ ਸਾਨੂੰ ਬਾਈਬਲ ਬਾਰੇ ਸਿਖਾਇਆ ਜਾਂਦਾ ਜ਼ਿਆਦਾ ਤੋਂ ਜ਼ਿਆਦਾ ਉਹਦਾ ਸਪੈਸ਼ਲ ਕੋਰਸ ਹੁੰਦਾ ਬੜੇ ਬੜੇ ਕਾਲਜ ਹੈਗੇ ਡਿਗਰੀ ਦਿੱਤੀ ਜਾਂਦੀ ਸਪੈਸ਼ਲ ਮਾਸਟਰ ਡਿਗਰੀ ਜਾਂ ਬੈਚੁਲਰ ਡਿਗਰੀ ਉਹਦੇ ਵਿੱਚ ਹਾਊ ਮੈਨੀ ਈਅਰਸ ਇਨ ਯੂਰ ਕੰਟਰੀ ਡੂ ਯੂ ਦਿਸ ਦੇ ਸਟੱਡੀ ਦ ਥਿਓਲੋਜੀ ਐਕਚੁਅਲੀ ਵੀ ਡੋਨਟ ਨੋ ਅਬਾਊਟ ਇਟ ਬਿਕੋਜ਼ ਇਨ ਆਵਰ ਪਲੇਸ ਬਿਕੋਜ਼ ਵੀ ਹੈਵ ਲੋਟ ਆਫ ਰਿਲੀਜੀਅਨਸ ਇਨ ਆਵਰ ਏਰੀਆ ਪੀਪਲ ਆਰ ਨੋਟ ਡੂਇੰਗ ਥਿਓਲੋਜੀ ਦ ਮੋਸਟਲੀ ਪੀਪਲ ਓਕੇ Yeah, in some status, like Pastor Johnny from Goa, Mumbai, okay, there have a Christian schools. Yes. They're doing this. Four to six years. Yeah, it's approximately four to six years. It depends. It's 4 to 6 years. So this is the important I'm telling you. Now, why I said it's more than you are studying theology? ਉਸ ਤੋਂ ਜ਼ਿਆਦਾ ਕਰ ਰਹੇ ਹੋ ਜਿਵੇਂ ਕਿ ਇੱਕ ਥਿਓਲੋਜੀ ਦਾ ਸਟੂਡੈਂਟ ਪੜ੍ਹਾਈ ਕਰਦਾ ਹੈ ਜੇ ਤੁਸੀਂ ਆਹ ਚੀਜ਼ ਕਰ ਰਹੇ ਹੋ ਇਟਸ ਬਿਕੋਜ਼ ਕਿਉਂ ਯੂਅਰ ਟੀਚਰ ਹੇਅਰ ਇਜ਼ ਦ ਹੋਲੀ ਸਪਿਰਿਟ ਕਿਉਂਕਿ ਇੱਥੇ ਤੁਹਾਡਾ ਜੋ ਅਧਿਆਪਕ ਹੈ ਉਹ ਪਵਿੱਤਰ ਆਤਮਾ ਹੋਵੇ ਨਾ ਕਿ ਕੋਈ ਦੁਨਿਆਵੀ ਸੋ ਦਿਸ ਇਜ਼ ਵਾਟ ਯੂ ਆਰ ਗੋਇੰਗ ਟੂ ਡੂ ਯੂ ਰੀਡ ਦ ਸਾਲਮਸ ਚੈਪਟਰ 1 ਇਹ ਦੁਆ ਤੁਸੀਂ ਕੀ ਕਰੋਗੇ ਤੁਸੀਂ ਪੜ੍ਹੋਗੇ ਸਾਲਮਸ ਚੈਪਟਰ 1 1 to 41 You don't know what is the message. Where is the message here? ਤੁਹਾਨੂੰ ਨਹੀਂ ਪਤਾ ਕਿ ਉਹਦੇ ਵਿੱਚ ਮੈਸੇਜ ਕਿਹੜਾ ਹੈ ਜਦੋਂ ਤੁਸੀਂ ਚੈਪਟਰ 1 ਪੜ੍ਹੋਗੇ। So you're going to read again. ਤੇ ਤੁਸੀਂ ਉਹਨੂੰ ਦੁਬਾਰਾ ਤੋਂ ਪੜ੍ਹੋਗੇ। And when you don't understand. ਤੇ ਜਦੋਂ ਤੁਸੀਂ ਕੁਝ ਸਮਝ ਨਹੀਂ ਪਾਉਂਗੇ। You will seek the help of the Holy Spirit. ਤੇ ਤੁਸੀਂ ਪਵਿੱਤਰ ਆਤਮਾ ਦੀ ਮਦਦ ਦੀ ਭਾਲ ਵਿੱਚ ਹੋ ਜਾਵੋਗੇ ਕਿ ਆਤਮ ਇਹ ਪਵਿੱਤਰ ਆਤਮਾ ਸਾਡੀ ਮਦਦ ਕਰ। So you have to find the message what verse is message. The message of the whole chapter which verse is for the command is there a command okay. Is there a promise is there a warning okay now so you have to look for it so if you don't understand you're going to read and you do not know you are already knowing yes. See you're being you could be able even to memorize. You are getting familiar with the words. So ਇਹ ਜਦੋਂ ਤੁਸੀਂ ਇੱਕ ਚੈਪਟਰ ਨੂੰ ਪੜੋਗੇ ਉਹਦੇ ਵਿੱਚ ਮੈਸੇਜ ਵੀ ਹੁੰਦਾ ਉਹਦੇ ਵਿੱਚ ਕਮਾਂਡ ਵੀ ਹੁੰਦੀ ਸਾਡੇ ਲਈ ਉਹਦੇ ਵਿੱਚ ਵਾਰਨਿੰਗ ਵੀ ਹੁੰਦੀ ਹੈ ਉਹਦੇ ਵਿੱਚ ਪ੍ਰੋਮਿਸ ਵੀ ਹੁੰਦਾ ਉਹਦੇ ਵਿੱਚ ਐਪਲੀਕੇਸ਼ਨ ਵੀ ਹੁੰਦੀ ਹੈ ਉਹਦੇ ਵਿੱਚ ਮੈਮਰੀ ਵਾਲਾ ਵਰਸ ਵੀ ਹੁੰਦਾ ਕੀ ਹੈ ਜਦੋਂ ਤੁਹਾਨੂੰ ਉਹ ਚੀਜ਼ਾਂ ਦਾ ਪਤਾ ਨਹੀਂ ਲੱਗੂਗਾ ਕਿ ਕਿਹੜਾ ਵਰਸ ਕੀ ਹੈ ਕਿਹੜਾ ਵਰਸ ਕੀ ਹੈ ਤੁਸੀਂ ਉਹਨੂੰ ਫਿਰ ਤੋਂ ਪੜੋਗੇ ਫਿਰ ਤੋਂ ਪੜੋਗੇ ਤੁਸੀਂ ਪਵਿੱਤਰ ਆਤਮਾ ਨੂੰ ਪੁੱਛੋਗੇ ਕਿ ਸਾਡੀ ਹੈਲਪ ਕਰ ਉਦੋਂ ਬਾਅਦ ਕੀ ਹੋਵੇਗਾ ਕਿ ਤੁਸੀਂ ਉਹਦੇ ਨਾਲ ਇੱਕ ਪਰਿਵਾਰਕ ਰਿਸ਼ਤਾ ਬਣਾ ਲਓਗੇ ਉਹ ਸ਼ਬਦ ਚੈਪਟਰ ਦੇ ਨਾਲ ਤੇ ਉਹ ਤੁਹਾਨੂੰ
ਇਵਨ ਬਿਨਾ ਪੜੇ ਯਾਦ ਹੋ ਜਾਏਗਾ ਜਾਗ ਜਾਵੇਗਾ ਸਾਰਾ ਓਕੇ ਸੋ ਯੂ ਸੀ ਡਾਊਨ ਦੇਰ ਇਜ਼ ਐਪਲੀਕੇਸ਼ਨ ਤੇ ਥੱਲੇ ਦੇਖੋ ਇੱਕ ਐਪਲੀਕੇਸ਼ਨ ਹੈ ਓਕੇ ਨਾਓ You are yes. You are going now to write what you have understand. You apply what have you understand. The application ਦਾ ਮਤਲਬ ਕੀ ਹੈ ਕਿ ਤੁਸੀਂ ਜੋ ਚੀਜ਼ ਪੜ੍ਹਿਆ ਉਹ ਚ ਜਿਹੜੀ ਚੀਜ਼ ਦੀ ਤੁਹਾਨੂੰ ਸਮਝ ਆਈ ਹੈ ਤੁਸੀਂ ਉਹ ਲਿਖਣ ਜਾ ਰਹੇ ਹੋ ਹੁਣ ਇੱਥੇ If you have write something in the application, it means you understand something. ਜੇ ਤੁਸੀਂ ਐਪਲੀਕੇਸ਼ਨ ਚ ਕੁਝ ਵੀ ਜਾਂ ਇੱਕ ਸ਼ਬਦ ਵੀ ਲਿਖਦੇ ਹੋ ਤਾਂ ਉਹਦਾ ਮਤਲਬ ਹੈ ਕਿ ਤੁਸੀਂ ਕੁਝ ਨਾ ਕੁਝ ਸਮਝੇ ਹੋ ਸ਼ਬਦ ਦੇ ਵਿੱਚੋਂ Yes. And the next is the memory verse. ਤੇ ਉਹ ਦੂਆ ਮੈਮਰੀ ਵਰਸ ਆ ਜਾਣਾ ਉਹ ਦੂ ਅੱਗੇ There's a verse that you want to memorize. You like it. Is it? You have your encounter in the Bible and then you say, "Oh, yes, this is the verse that I want." So you're going to write the memory verse. ਤੋ ਦੂਆ ਕੀ ਹੈ ਕਿ ਤੁਸੀਂ ਜਦੋਂ ਬਾਈਬਲ ਪੜ੍ਹ ਰਹੇ ਹੋ ਕੋਈ ਵਰਸ ਤੁਹਾਨੂੰ ਚੰਗਾ ਲੱਗੇ ਜਾਂ ਤੁਹਾਨੂੰ ਇਹ ਲੱਗੇ ਯਾਰ ਮੇਰੇ ਲਈ ਆ ਹਾਂ ਇਹ ਮੈਨੂੰ ਯਾਦ ਰੱਖਣਾ ਚਾਹੀਦਾ ਠੀਕ ਹੈ ਇਹ ਜ਼ਰੂਰੀ ਹੈ ਤੋ ਦੂਆ ਤੁਸੀਂ ਜਦੋਂ ਉਹਨੂੰ ਲਿਖੋਗੇ ਤੁਹਾਨੂੰ ਮੈਮਰੀ ਵਰਸ ਤੇ ਆਵੇਗਾ ਉਹਦੇ ਵਿੱਚੋਂ So in one day you have one memory verse. ਤੇ ਤੁਹਾਡੇ ਕੋਲ ਇੱਕ ਦਿਨ ਚ ਤੁਹਾਨੂੰ ਇੱਕ memory verse ਮਿਲ ਜਾਵੇਗਾ ਤੁਹਾਡਾ. Amen. So this also this from you are learning you could be able to know about God, about everything. How to attack the devil. How to react in every situation you have. Okay, like for example, who among you have the problem of anger management? Okay, 1 minute. ਕੀ ਹੈ ਜਦੋਂ ਤੁਹਾਨੂੰ ਮੈਮਰੀ ਵਰਸ ਮਿਲੇਗਾ ਹਰ ਰੋਜ਼ ਤੁਸੀਂ ਇੱਕ ਚੀਜ਼ ਸਿੱਖੋਗੇ ਠੀਕ ਹੈ ਉਸ ਤੋਂ ਬਾਅਦ ਕੀ ਹੋਊਗਾ ਕਿ ਤੁਸੀਂ ਖੁਦਾ ਦੇ ਨਾਲ ਕਲੋਜ਼ ਹੁੰਦੇ ਜਾਓਗੇ ਠੀਕ ਹੈ ਤੁਸੀਂ ਉਹਦੇ ਵਿੱਚੋਂ ਬੜੀਆਂ ਚੀਜ਼ਾਂ ਸਿੱਖੋਗੇ ਠੀਕ ਹੈ ਕਿਸ ਤਰ੍ਹਾਂ ਰਿਐਕਸ਼ਨ ਕਰਨਾ ਕਿਸ ਤਰ੍ਹਾਂ ਸ਼ੈਤਾਨ ਦੇ ਨਾਲ ਲੜਾਈ ਕਰਨੀ ਹੈ ਅਸੀਂ ਜੇ ਕੋਈ ਸ਼ੈਤਾਨ ਸਾਨੂੰ ਭਰਮਾ ਰਿਹਾ ਜਾਂ ਅਟੈਕ ਕਰ ਰਿਹਾ ਸਾਡੇ 'ਤੇ ਤੁਸੀਂ ਉਹ ਚੀਜ਼ ਸਿੱਖੋਗੇ ਹੁਣ ਸਿਸਟਰ ਪੁੱਛ ਰਿਹਾ ਕਿ ਤੁਹਾਡੇ ਵਿੱਚੋਂ ਐਂਗਰ ਪ੍ਰੋਬਲਮ ਕੀ ਹੈ ਕੀ ਕਿਹਨੂੰ ਹੈ ਕਿ ਗੁੱਸੇ ਦੇ ਨਾਲ ਕਿਹੜਾ ਬੰਦਾ ਡੀਲ ਨਹੀਂ ਕਰ ਪਾਉਂਦਾ ਆਪਣੇ ਆਪ ਦੇ ਸੋ ਲਾਈਕ ਫੋਰ ਐਗਜ਼ਾਮਪਲ ਸਮਬਡੀ ਥਰੋ ਸਟੋਨ ਟੂ ਯੂ ਐਗਜ਼ਾਮਪਲ ਦੇ ਤੌਰ ਤੇ ਕੋਈ ਤੁਹਾਡੇ ਤੇ ਪੱਥਰ ਸਿੱਟ ਰਿਹਾ ਐਂਡ ਦੈਨ ਯੂ ਵਿਲ ਆਫ ਕੋਰਸ ਯੋਰ ਰਿਐਕਸ਼ਨ ਬਟ ਸਡਨਲੀ ਯੂ ਵਿਲ ਰਿਮੈਂਬਰ ਤੁਹਾਡਾ ਰਿਐਕਸ਼ਨ ਹੋਊਗਾ ਕਿ ਖੜ ਜਾ ਇੱਕ ਮਿੰਟ The word of God, it says that the Lord is slow in anger. ਤੇ ਪਰ ਜਦੋਂ ਤੁਸੀਂ ਬਚਨ ਤੁਹਾਡੇ ਯਾਦ ਹੋਊਗਾ ਮੈਮਰੀ ਵਰਸ ਤੁਹਾਡੇ ਯਾਦ ਹੋਊਗਾ ਠੀਕ ਹੈ ਤੁਸੀਂ ਉਹ ਚੀਜ਼ ਯਾਦ ਰੱਖੋਗੇ ਕਿ ਖੁਦਾਵੰਦ ਹੈ ਜਿਹੜਾ ਤੁਹਾਡੇ ਗੁੱਸੇ ਨੂੰ ਉਹ ਥੱਲੇ ਕਰਦਾ ਕੰਟਰੋਲ ਕਰਦਾ ਹੈਗਾ ਸੋ ਯੂ ਵਿਲ ਬੀ ਸੇਫ ਫਰਮ ਐਂਗਰ ਫਰਮ ਸੀਨਿੰਗ ਤੇ ਤੁਸੀਂ ਬਚਾਏ ਜਾਵੋਗੇ ਉਹ ਗੁੱਸੇ ਤੋਂ ਉਹ ਪਾਪ ਤੋਂ ਜਿਹੜਾ ਤੁਸੀਂ ਕਰਨ ਜਾ ਰਹੇ ਹੋ ਆਮੇਨ ਸੋ ਨਾਓ ਯੂ ਸੀ ਯੂ ਵਿਲ ਨਾ ਯੂ ਵਿਲ ਯੂ ਡੋਨਟ ਨੋ There will become a time that you will be graduated in this because you know what, whether we like it or not, it is written in the Bible that there will become a time that there will be no Bible anymore. Hallelujah. Because Bible ਕੋਈ ਬਾਈਬਲ ਨਹੀਂ ਰਹੇਗੀ ਇਸ ਦੁਨੀਆ ਦੇ ਉੱਪਰ ਗਿਆਨ ਨਹੀਂ ਰਹੇਗਾ ਠੀਕ ਹੈ ਫਿਰ ਤੁਹਾਨੂੰ ਸਿਰਫ ਤੁਹਾਡੀ ਆਪਦੀ ਸੋਚ ਹੈ ਜਿਹੜੀ ਬਚਾ ਸਕੇ ਹਾਲੇਲੂਇਆ ਸੋ ਆਈ ਇਨਕਰੇਜ ਯੂ ਤੇ ਮੈਂ ਤੁਹਾਨੂੰ ਇਤਸ਼ਾਹਿਤ ਕਰਨਾ ਚਾਹੁੰਦੀ ਹਾਂ ਆਲ ਆਫ ਅਸ ਵਿਲ ਹੈਵ ਟੂ ਸਟਾਰਟ ਥਿਸ ਟੁਨਾਈਟ ਇਹ ਚੀਜ਼ ਸਾਨੂੰ ਕੀ ਹੈ ਸਾਰਿਆਂ ਨੂੰ ਅੱਜ ਰਾਤ ਸ਼ੁਰੂ ਕਰਨੀ ਚਾਹੀਦੀ ਹੈ ਯੈਸ ਵੈਰੀ ਯੂ ਹੈਵ ਆਈ ਡੋਨਟ ਨੋ ਹੂ ਯੂ ਆਰ ਗੋਇੰਗ ਟੂ ਅਪੋਇੰਟ ਟੂ ਟੇਕ ਚਾਰਜ ਆਫ ਚੈਕਿੰਗ ਦਾ ਬੁੱਕ ਐਵਰੀ ਸੰਡੇ Because you know, okay. For you, if you keep on doing those for 3 months, you know what? You cannot live without reading the Bible and praying. Yeah, and yes. You yes. are going to get okay. used to it. Yes. ਮੈਨੂੰ ਨਹੀਂ ਪਤਾ ਕਿ ਤੁਹਾਡੀ ਚਾਰ ਚੀਜ਼ ਤੁਸੀਂ ਇੰਚਾਰਜ ਕਿਹਨੂੰ ਬਣਾਵੋਗੇ ਜਿਹੜਾ ਹਰ ਸੰਡੇ ਤੁਹਾਡੀ ਬੁੱਕ ਚੈੱਕ ਕਰੇ ਕਿ 7 ਦਿਨਾਂ 'ਚ 7 ਵਾਰੀ ਤੁਸੀਂ ਪੜ੍ਹਿਆ ਕੀ ਸਿੱਖਿਆ ਕੀ ਲਿਖਿਆ ਠੀਕ ਹੈ ਅਤੇ ਤੁਸੀਂ ਦੇਖੋਗੇ ਕਿ ਤੁਸੀਂ ਕੀ ਚੀਜ਼ ਸਿੱਖ ਚੁੱਕੇ ਹੋ ਕਿੱਥੇ ਤੁਸੀਂ ਸਟੈਂਡ ਕਰ ਰਹੇ ਹੋ ਸੋ ਮਾਈ ਲਾਸਟ ਵਰਡ ਇਜ਼ ਹੇਅਰ ਵੀ ਇਟ ਆਵਰ ਬਾਡੀ ਇਟਸ ਰਾਈਟ ਹਾਊ ਅਬਾਊਟ ਆਵਰ ਸਪਿਰਿਚੁਅਲ ਵੈਰੀ ਥਿਨ ਆਵਰ ਬਾਡੀ ਇਜ਼ ਫੈਟ ਆਵਰ ਸਪਿਰਿਚੁਅਲ ਇਜ਼ ਥਿਨ ਓਕੇ
So what we are going to do? You have to pray tonight to the Lord to tell you. You have to find time where you can, in the morning, in the evening, where there is quiet, where you don't have work, where there's no disturbance, okay? Yes. And then ask God to help you with this because you're going to start. Yes. You have to make a covenant with the Lord. Yes. Lord, use me mightily because I am now going to start. I will make new covenant with you. Yeah. What promise are you going to do with the Lord? No quiet time, no food. Promise that to yourself. So, you are not going to eat food when you didn't have the quiet time. Yeah. 1 minute. ਕੀ ਹੈ ਕਿ ਅੱਜ ਸ਼ਾਮ ਤੋਂ ਕਹੋ ਅੱਜ ਰਾਤ ਤੋਂ ਤੁਸੀਂ ਖੁਦਾਵੰਦ ਨਾਲ ਇੱਕ ਵਾਅਦਾ ਕਰੋ ਆਪਣੇ ਆਪ ਦੇ ਵਿੱਚ ਇੱਕ ਕਵਰਨਟ ਬਣਾਓ ਵਾਅਦਾ ਬਣਾਓ ਕਿ ਖੁਦਾਵੰਦ ਠੀਕ ਹੈ ਮੈਂ ਸ਼ੁਰੂ ਕਰ ਰਿਹਾ ਆ ਚੀਜ਼ ਮੈਨੂੰ ਸਟਰੈਂਥ ਦੇ ਠੀਕ ਹੈ ਮੈਨੂੰ ਨੌਲੇਜ ਦੇ ਠੀਕ ਹੈ ਖੁਦਾਵੰਦ ਤੁਹਾਡੀ ਮਦਦ ਕਰੂ ਪਰ ਉਹਨਾਂ ਨੇ ਇੱਕ ਵਾਅਦਾ ਕਰੋ ਕਿ ਜੇ ਮੈਂ ਡਿਵੋਸ਼ਨ ਨਹੀਂ ਕਰ ਰਿਹਾ ਅੱਜ ਤਾਂ ਮੈਂ ਅਜੇ ਖਾਣਾ ਵੀ ਨਹੀਂ ਖਾ ਰਿਹਾ ਵਾਓ ਸੋ ਕੈਨ ਵੀ ਡੂ ਦੈਟ ਯੈਸ ਚਲੋ ਓਕੇ ਸੋ ਇੱਕ ਵਾਅਦਾ ਹੋਣਾ ਚਾਹੀਦਾ ਤੁਹਾਡੇ ਅੰਦਰ ਯਾ ਸਮਬਾਡੀ ਵਿਲ ਕਲੋਜ਼ ਦੇ Close this. Sister, you close the in your